ਸਾਨੂੰ ਬੜੀ ਔਖੀ ਮਿਲੀ ਫਕੀਰੀ ਸੱਜਣਾ ਜਾਂ ਤੇਰੇ ਨਾਮ ਤੋਂ ਜੋ ਹਸਤੀ ਮਟਾਈ ਵੀ ਨਾ ਹੁੰਦੀ ਅੱਜ ਸੋਹਣੇ ਉਹ ਫਕੀਰੀ ਗੱਲ ਪਾਈ ਵੀ ਨਾ ਹੁੰਦੀ ਬਹੁਤ ਸਾਰੇ ਕਲਾਮਾਂ ਨੂੰ ਸਰਕਾਰ ਇਸ਼ਕ ਕਰਦੇ ਨੇ ਜਦੋਂ ਫਕੀਰ ਕਿਸੇ ਚੀਜ਼ 'ਤੇ ਮੋਹਰ ਲਾਉਂਦਾ ਫਿਰ ਉਹਦੀ ਗੱਲ ਕੁਛ ਹੋਰ ਹੋ ਜਾਂਦੀ ਸੋ ਤੁਹਾਡੀ ਨਜ਼ਰ ਸਾਨੂੰ ਬੜੀ ਔਖੀ ਮਿਲੀ ਫਕੀਰੀ ਸੱਜਣਾ ਕਿਉਂਕਿ ਸ਼ਹਿਜ਼ਾਦਾ ਸੁਖਦੇਵ ਸਾਹਿਬ ਬੈਠੇ ਨੇ ਬਲਵੀਰ ਤੱਕੀ ਸਾਹਿਬ ਬੈਠੇ ਨੇ ਉਹਨਾਂ ਨੇ ਆਪਣੇ ਰਿਸ਼ਤਾ ਦੇ ਨਾਲ ਇਸ਼ਕ ਕੀਤਾ ਹੋਇਆ ਇਸ਼ਕ ਵੀ ਐਸਾ ਜਿਹੜਾ ਪੁਰੰਦਰ ਦੇ ਨਾਲ ਦੋ ਦੋਸਤਾਂ ਦੀ ਕਹਾਣੀ ਹੈ ਦੋਨੇ ਰਾਜੇ ਦੋਸਤ ਨੇ ਕਿਤੇ ਕਾਰਨ ਕਰਕੇ ਇੱਕ ਦੋਸਤ ਫਕੀਰ ਹੋ ਜਾਂਦਾ ਹੈ ਜਦੋਂ ਰਾਜੇ ਦੋਸਤ ਦੇਖਦਾ ਕਿ ਮੇਰਾ ਦੋਸਤ ਫਕੀਰ ਹੋ ਗਿਆ ਰਾਜੇ ਕਹਿੰਦਾ ਕਿ ਚਲੋ ਆਪਾਂ ਉਹਨੂੰ ਮਿਲਣ ਚੱਲਦੇ ਹਾਂ ਜਾ ਕੇ ਕੀ ਦੇਖਦਾ ਕਿ ਜਿਹੜਾ ਰਾਜਾ ਦੋਸਤ ਸੀ ਜਿਹੜਾ ਸੋਹਣੇ ਲਿਬਾਸ ਪਹਿਨਦਾ ਹੁੰਦਾ ਸੀ ਅੱਜ ਉਹ ਕੁੱਲੀ ਦੇ ਵਿੱਚ ਦੂਰ ਜਾ ਕੇ ਇਕੱਲਾ ਹੀ ਬੈਠਾ ਜਾ ਕੇ ਰਜ਼ੋਈ ਬੇਨਤੀ ਕੀਤੀ ਕਹਿੰਦਾ ਛੱਡੋ ਮਹਾਰਾਜ ਇਸ ਫਕੀਰੀ ਨੂੰ ਚਲੋ ਸਾਡੇ ਨਾਲ ਜਿਵੇਂ ਆਪਾਂ ਪਹਿਲਾਂ ਰਾਜਾ ਵਾਂਗ ਰਹਿੰਦੇ ਸੀ ਰਾਜਿਆਂ ਵਾਂਗ ਰਵਾਂਗੇ ਫਕੀਰਾਂ ਨੇ ਨਾ ਕਰਤੀ ਕਿ ਨਹੀਂ ਅਸੀਂ ਆਪਣੀ ਇਸ ਫਕੀਰੀ ਵਿੱਚ ਹੀ ਮਸਤ ਹਾਂ ਪਰ ਰਾਜਾ ਤੇ ਰਾਜਾ ਸੀ ਰਾਜੇ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਇਹ ਮੇਰੀ ਯਾਦ ਕਰ ਜਦੋਂ ਆਪਾਂ ਗੱਡੀਆਂ ਕਾਰਾਂ ਵਿੱਚ ਘੁੰਮਿਆ ਕਰਦੇ ਸੀ ਤਾਂ ਇੱਥੇ ਕੁੱਲੀ ਬਣਾ ਕੇ ਬੈਠਾ ਹੋਇਆ ਤਾਂ ਫਕੀਰ ਨੇ ਜਵਾਬ ਦਿੱਤਾ ਕਿ ਮੇਰੀ ਕੁੱਲੀ ਵਿੱਚ ਮੇਰੇ ਯਾਰ ਦਾ ਵਾਸਾ ਹੈ ਮੇਰੇ ਸਾਈਂ ਦਾ ਵਾਸਾ ਹੈ ਮੇਰੇ ਦਾਤਿਆਂ ਦਾ ਵਾਸਾ ਜਦੋਂ ਥੱਕ ਗਿਆ ਫਕੀਰ ਰਾਜਾ ਥੱਕ ਕੇ ਉੱਠ ਕੇ ਤੁਰਨ ਲੱਗਿਆ ਫਕੀਰ ਨੇ ਮੁਹੱਬਤ ਦਿਖਾਈ ਕਿਉਂਕਿ ਫਕੀਰ ਦਾ ਦੋਸਤ ਸੀ ਕਹਿੰਦਾ ਇੱਕ ਗੱਲ ਸਮਝਾਉਣ ਲੱਗਾ ਤੈਨੂੰ ਉਹ ਕੀ ਗੱਲ ਹੈ ਸੁਰਜੀਤ ਜਨਸਾ ਵਾਲੇ ਦੀ ਕਲਮ ਚੋਂ ਸੂਫੀਆਨਾ ਕਲਾਮ ਦਾਤੇ ਦੇ ਚਰਨ ਅੱਗੇ ਪੇਸ਼ ਕਰੇ ਤੇਰੇ ਗੌਰ ਕਰਨ ਲਈ ਆ ਜਾਓ ਜੀ ਸਾਨੂੰ ਲੋੜ ਨਾ ਕੋਈ
Yeah.
ਦੱਸਦਾ ਸੀ ਕਿ ਜਦੋਂ ਮੈਂ ਬਾਬਾ ਮੁਰਾਦ ਸ਼ਾਹ ਦੇ ਬਾਹਰਲੇ ਦਰਬਾਰ ਤੋਂ ਮਹਿਲ ਪਾਰ ਆਇਆ ਖਾਨ ਸਾਹਿਬ ਜੀ, ਉਦੋਂ ਉੱਥੇ ਕਬਰਾਂ ਹੀ ਕਬਰਾਂ ਹੁੰਦੀਆਂ ਸੀ ਸਰਕਾਰ, 750 ਕਬਰ। ਉੱਥੇ ਕੋਈ ਵੀ ਇਨਸਾਨ ਜਦੋਂ ਆਉਂਦਾ ਹੁੰਦਾ ਸੀ ਦੇਖ ਕੇ ਡਰਦਾ, ਕਿਉਂਕਿ ਝਾੜੀਆਂ ਬੂਟੇ ਲੱਗੇ ਹੁੰਦੇ ਸੀਗੇ ਬਹੁਤ ਜ਼ਿਆਦਾ, ਦਿਨੇ ਵੀ ਨਹੀਂ ਕੋਈ ਲੰਘਦਾ ਹੁੰਦਾ ਸੀ। ਇਸ਼ਕ ਸੀ ਬਾਬਾ ਮੁਰਾਦ ਸ਼ਾਹ ਸਰਕਾਰ ਦੇ ਨਾਲ ਉਹਨਾਂ ਦਾ। ਦਰਬਾਰ ਤੇ ਚਲ ਗਏ, ਹੌਲੀ ਹੌਲੀ ਸਾਫ਼ ਕਰਦੇ 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 ਸਾਰਾ ਦਰਬਾਰ ਹੀ ਬਣਾਤਾ ਮਹਾਰਾਜ। ਜਿਹੜੀਆਂ ਕਬਰਾਂ ਸੀਗੀਆਂ ਉਸ ਸਾਈਡ ਤੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਕਬਰਾਂ ਬਣਾ ਕੇ ਉੱਥੇ ਸਾਰੇ ਫੁੱਲ ਹੀ ਲਾਤੇ ਮਹਾਰਾਜ, ਉਹ ਫੁੱਲਾਂ 'ਚ ਹੀ ਰਹਿਣ ਲੱਗ ਪਏ ਰੂਹਾਂ ਸੀ। ਅਤੇ ਉੱਥੇ ਦਰਬਾਰ ਬਾਬਾ ਮੁਰਾਦ ਸ਼ਾਹ ਸਰਕਾਰ ਦਾ, ਨਹਿਰੂ ਪਾਕ ਜਿਹਨਾਂ ਨਾਲ ਸਰਕਾਰ ਦਾ ਇਸ਼ਕ ਸੀ, ਉਹ ਸੁਣਦੇ ਹੁੰਦੇ ਸੀ ਤੇਰੇ ਨਾਂ 'ਤੇ ਜੇ ਸੋਹਣਿਆ ਹਸਤੀ ਮਿਟਾਈ ਵੀ ਨਾ ਹੁੰਦੀ, ਅੱਜ ਸੋਹਣਿਆ ਫਕੀਰੀ ਗੱਲ ਪਾਈ ਵੀ ਨਾ ਹੁੰਦੀ। ਉਹਨਾਂ ਨੇ ਫਕੀਰੀ ਆਪਣੀ ਗੱਲ ਪਾਈਆਂ ਹੋਈਆਂ ਸੀ ਤੇ ਕੱਢਿਆ ਤੇ ਸੋਨਾ ਪੈਂਦਾ ਸੀ। ਕਿਵੇਂ ਸਾਰੀਆਂ ਸੰਗਤਾਂ
बैठ के हाजरियां लगवा रही हैं, साड़ियां हाजरियां लग रही हैं। सो बहुत ही खूबसूरत आवाजा शाम को लैके अज दादा जी के दरबार के महफल सजी हुई है। और आदमी है साढ़े साई जी, साई राकेश शाह जी जिन्हों की बी सी डीज मेरा साई हरी शाह जी। सो बी सी डी रिलीज हुई है, सारिया संगत ने अपने घर इस बी सी डी वो प्यार करना मुहब्बत नहीं, क्योंकि दादा जी आप बहुत सुरीली आवाज और दादा ने दरबार के बीच हाजरी बलबीर तखी जी। शुक्रिया मेहरबान। सारे गांव सब तो पहला कोटी कोटी नमन है मेरा सलाम। सात संगत जिन्हें भी कदम चल के आए हो, दादा हरि शाह सरकार कदमों में प्रवान करो, पिता हम दिन दुगनी रात चौगुनी तरक्की बख्शिश करो, हमेशा खुशियां तुहाडे नजदीक रहें, हमेशा एक जयकारा बुलंद करना। मैं समझागा कि तुम मैंने इजाजत दे दी, हुक्मनामा बख्श दिता, एक जोरदार ताली मारो अपने सारे जन। की गल है जिन्हों मेले का चाया वो ताली मारो जरा। कुछ मेरिया भैनों को मेरे भरा होकर नहीं चलाए सेवादार जी, हेलो तुसी तुसी सारे ने ताली मारनी है बापू हरिदास जी का हरि शाह जी दिना सारे ने एक जोरदार ताली। कहते ने कि राम नाम का गिद्धा चाहे पुट्ठा चाहे सिद्धा पौना जरूर चाहिए, जे एक भी सिद्धा बच गया तो समझ लो फिर धुप की गल हो जाती है। तो सात संगत जयकारा बापू हरि शाह जी का बहुत सच्चे दरबार की, बापू के प्यार की। साईं राकेश शाह जी विराजमान गद्दी थे, मैं तहे दिल से शुक्रगुजार हूं शहजादा सुखदेव उदी बदौलत विदार हुए हैं। मेरा सोना भीर कुलविंदर कहता कि रोल बड़ा अच्छा होता, एक निकी जी मेरी भैन बहुत वाइया गा रही है, सारे बहुत ही प्यार का सबूत दिता है। ऐसे तरह कोशिश कर रहे हैं, मैं अक्सर कहना हूं कि असं रागी नहीं असं रोगी हाँ, बस वो ना बजोगी बस कमल कुटना आत्मा थोड़ी देर लिए तो ती नजर सुखदेव
ਮੈਂ ਹੀਰ ਤੇ ਨਹੀਂ ਬਣ ਰਹੇ ਮੈਂ ਕਿਤੇ ਰਾਂਝਾ ਬਣ ਕੇ ਆ ਜਾਂਦਾ ਆਪਦੀ ਨਜ਼ਰ ਹੈ ਰੂਹਾਂ ਦੀ ਗੱਲ ਹੈ
इस तो बाद मेरी गुजारिश है सुखदेव शहजादा जी जल्दी जल्दी स्टेज बड़ा मेरे साईं
ਸਾਇਦਾ ਸਾਹਿਬ ਨੂੰ ਜਦੋਂ ਮੈਂ ਆਉਣਾ ਬਹੁਤ ਔਖੀ ਸਾਰੇ ਬੋਲੋ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਜਕਾਰਾਂ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਇੱਕ ਵਾਰ ਸਾਡੇ ਕਿੰਦਾ ਜੀ ਬਲਵੀਰ ਜੀ ਸ਼ਹਿਜ਼ਾਦਾ ਜੀ ਇਹਨਾਂ ਨੇ ਜਦੋਂ ਕਰਤਾ ਲਿਆ ਬਾਬਾ ਹਰੀ ਸ਼ਾਹ ਸਰਕਾਰ ਦੇ ਲੋਕਾਂ ਨੂੰ ਜਹਾਜ਼ੀਆਂ ਹੋਈਆਂ ਨੇ ਤੋ ਸਮਾਂ ਖਤਮ ਹੋ ਚੁੱਕਿਆ ਹੈ ਚਾਰ ਵੱਜ ਚੁੱਕੇ ਨੇ ਇੱਕ ਜੋ ਖਾੜੇ ਦੀ ਪ੍ਰਕਿਰਿਆ ਹੈ ਉਹਨੂੰ ਅਸੀਂ ਨਿਭਾਉਣਾ ਹੈ ਥੋੜ੍ਹਾ ਜਿਹਾ ਪ੍ਰਸੰਗ ਗੁਰੂ ਮਹਾਰਾਜ ਦਾ ਆਦੇਸ਼ ਥਾ ਉਸ ਆਦੇਸ਼ ਨੂੰ ਨਿਭਾਉਣਾ ਹੈ ਸਾਰੀ ਸੰਗਤ ਨੇ ਤੁਹਾਡੇ ਨਾਲ ਬੜੇ ਅੱਛੇ ਅੱਛੇ ਮਜੀਸ਼ੀਅਨ ਇਹਨਾਂ ਦੇ ਨਾਲ ਇੱਕ ਹਾਜ਼ਰੀ ਇਸਤੇਮਾਲ ਬੈਠ ਕੇ ਹਾਜ਼ਰੀ ਕਰਾਂਗੇ ਜਕਾਰਾ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ
Thank you.
ਜਾਣਾ ਜਾਂ ਵਕਤ ਕਰਨਾ ਹੈ ਕਿਉਂਕਿ ਸਾਡੇ ਕੋਲ ਸੂਝਵਾਨ ਸਾਡੇ ਬਜ਼ੁਰਗ ਸਾਡੇ ਕੋਲ ਬੈਠੇ ਨੇ ਔਰ ਕਹਿੰਦੇ ਨੇ ਚੰਗੇ ਮਾਸਟਰ ਕੋਲ ਕੋਈ ਨਲਾਇਕ ਬੱਚਾ ਆ ਜਾਵੇ ਤੇ ਉਹ ਨਾਇਕ ਹੋ ਜਾਂਦਾ ਕਹਿੰਦੇ ਨੇ ਚੰਗਿਆਂ ਦੇ ਲੜ ਲੱਗ ਕੇ ਮਾੜੇ ਤਰ ਜਾਂਦੇ ਉਹਨੇ ਸੱਚੇ ਦਰਬਾਰ ਕੀ ਨਜ਼ਰ ਕਦੇ ਮੁਰਸ਼ਦ ਪੱਲੇ ਤਰ ਜਾਂਦੇ ਉਹਨੇ ਸੱਚੇ ਦਰਬਾਰ ਕੀ ਸਾਡੇ ਗੁਰੂ ਮਹਾਰਾਜ ਬਾਬਾ ਹਰੀ ਸ਼ਾਸਤਰ ਜਦੋਂ ਉਹਨਾਂ ਨੇ ਮੈਨੂੰ ਪਹਿਲੀ ਵਾਰ ਮਾਇਕ ਫੜਿਆ ਮੇਰੇ ਗੁਰੂ ਜੀ ਰਾਤ ਦੇ 11 ਵਜੇ ਸੀ ਸਾਡੇ ਸ਼ੁਭ ਹੋਗਾ ਜੀ ਬੈਠੇ ਇਹਨਾਂ ਦੀ ਹਾਜ਼ਰੀ ਰਹਿਨੁਮਾਈ ਦੇ ਵਿੱਚ ਮਾਲਣ ਕਿਤੇ ਖਾ ਬਈ ਸਰਕਾਰ ਮੈਂ ਕਹਿੰਦਾ ਕਦੇ ਗਿਆ ਕਹਿੰਦੇ ਜੋ ਵੀ ਆਉਂਦਾ ਤੂੰ ਖਾ ਜਦੋਂ ਮਾਇਕ ਫੜਿਆ ਤੇ ਮੈਂ ਪਹਿਲੀ ਵਾਰ ਕੀ ਗਿਆ ਆਪਣੇ ਨਜ਼ਰ ਕਰਾਂ ਤਾਰਾ ਸੱਚੀ ਸਰਕਾਰ ਦਾ ਹੋਰ ਸੱਚੇ ਦਰਬਾਰ ਕੀ ਹੈ
ਕਾਦੀ ਖੰਤਰ ਉਹਦੇ ਨਾਲ ਪਿਆਰ ਹੈ ਤਾਂ ਉੱਠੇ ਆ ਜਿਹੜੇ ਪਿਆਰ ਦੀ ਬਾਜੀ ਉਹ ਜਿੱਤ ਲੈਂਦੇ ਜੈਕਾਰਾ ਬਾਬਾ ਹਰੀ ਸ਼ਾਹ ਜੀ ਦਾ ਮੂਲ ਸਾਹਿਬ ਦਰਬਾਰ।